ਲੈ ਭਾਈ ਭੋਲੇ ਸਾਡਾ ਵੀ ਜਗਮੋਹ ਡਬਈ ਵਾਲਾ ਕਹਿੰਦਾ ਜਿਹੜਾ ਵੀ ਗੇਜੀ ਕਪੂਰਿਆਂ ਨੂੰ ਜੱਫਾ ਲਾਵੇਗਾ 300 ਰੁਪਏ ਦਾ ਮਾਣ ਹੋਵੇਗਾ ਉਸ ਜਾਫੀ ਦਾ ਮੇਰੇ ਵੀਰੋ ਲਓ ਲਓ ਮੇਰੇ ਵੀਰੋ 300 ਰੁਪਏ ਦੇ ਮਾਣ ਸਮਾਂ ਜਿਹੜੇ ਗੇਜੀ ਕਪੂਰਿਆਂ ਵਾਲੇ ਨੌਜਵਾਨ ਦੇ ਲਈ ਸਰਦਾਰ ਜਗਮੋਹ ਸਿੰਘ ਜੀ ਹੁਣੀ ਭੇਜਦੇ ਨੇ ਲਓ ਕਮਲ ਲੰਡਿਆਂ ਦਾ ਉਸ ਵੇਲੇ ਕਬੱਡੀ ਪਾਉਂਦਾ ਹੋਇਆ ਉਧਰ ਸਾਡਾ ਲਖਵੀਰ ਸਿੰਘ ਜੀ ਯੂਐਸਏ ਲਖਵੀਰ ਯੂਐਸਏ ਜਸਵੀਰ ਯੂਐਸਏ ਹਰਦੀਪ ਕੈਨੇਡਾ ਜਗਦੀਪ ਯੂਐਸਏ ਗਰਜੰਟ ਕੈਨੇਡਾ ਤੇ ਅਮਰ ਆਸਟ੍ਰੇਲੀਆ ਵਾਲਾ ਵੀ ਨੜ ਦੇ ਉੱਤੇ ਜੁੜੇ ਹੋਏ ਨੇ ਧੰਨਵਾਦ ਕਰਦੇ ਆਪਾਂ ਇਹਨਾਂ ਪ੍ਰਵਾਸੀ ਭਰਾਵਾਂ ਦਾ ਬਿੱਟੂ ਕਾਲੇਕੇ ਵੱਲੋਂ ਜਿਹੜਾ ਪਾਣੀ ਦੀ ਸੇਵਾ ਕਰਦਾ ਹੀਰਾ ਉਹਨੂੰ 100 ਰੁਪਇਆ ਆਪਦਾ ਮੈਚ ਤੋਂ ਬਾਅਦ ਸਾਡੇ ਕੋਲੋਂ ਨਾਮ ਪ੍ਰਾਪਤ ਕਰ ਲਏ ਹੀਰਾ ਕਲੀ ਵਾਲਾ ਨਾਲ ਹੀ ਸਾਡਾ ਵੀ ਰਾਜ ਚਾਂਦਨਾ ਤੇ ਰਾਜੇ ਮਿਸ਼ਰੀਵਾਲ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਪੁਆਇੰਟਾਂ ਦੀ ਭੂਮਿਕਾ ਨਿਭਾਈ ਲਓ ਇਸ ਵੇਲੇ ਰਮਨ ਸਿੰਘ ਆਖਦੇ ਵੀ ਭਿੰਡਰਾਂ ਵਾਲਾ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਦੀਪਾ ਲੰਡਾ ਦਾ ਬਹੁਤ ਤਕੜਾ ਜਾਫੀ ਮੇਰੇ ਵੀਰੋ ਸਾਹਮਣਾ ਕਰਦਾ ਹੋਇਆ ਪਰ ਬਹੁਤ ਤਕੜਾ ਪੁਆਇੰਟ ਜਿਹੜਾ ਇਸ ਅਗਲਾ ਮੈਚ ਬੋਲਦੇ ਹੋ ਜੁੜਦਾ ਹੋਇਆ ਅਗਲਾ ਮੈਚ ਜਿਹੜਾ ਇੰਦਗੜ ਤੇ ਨੱਥੋਕੇ ਦੀਆਂ ਟੀਮਾਂ ਬਾਈ ਜੀ ਜਲਦੀ ਦੇ ਨਾਲ ਗਰਾਊਂਡ ਵੱਲ ਆ ਜਾਓ ਇੰਦਗੜ ਤੇ ਨੱਥੋਕੇ ਸੈਕੰਡ ਸੈਮੀਫਾਈਨਲ ਮੁਕਾਬਲਾ ਇਹਨਾਂ ਟੀਮਾਂ ਦਾ ਖੇਡਿਆ ਜਾਵੇਗਾ ਇੰਦਗੜ ਵਾਰਸੀਜ ਨੱਥੋਕੇ ਗਗੜੀ ਇਸ ਸਮੇਂ ਸ਼ੂਸ਼ਕ ਪਿੰਡ ਦਾ ਗੱਭਰੂ ਕਬੱਡੀ ਪਾਉਂਦਾ ਹੈ ਚਾਰ ਜਾਪੀ ਲਓ ਇੱਕ ਨਹੀਂ ਤੇ ਚਰਨਾ ਧੱਲੇਕਿਆਂ ਵਾਲਾ ਨਾਲ ਗੋਲਡੀ ਹੈ ਪਰ ਇਸ ਸਮੇਂ ਚਰਨੇ ਦੀ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਲਓ ਕਪੂਰਿਆਂ ਵਾਲਾ ਗੇਜੀ ਅਗਲੀ ਕਬੱਡੀ ਪਾਉਣ ਦੇ ਲਈ ਔਰ ਗੱਲ ਕਰੇਗਾ ਮੇਰਾ ਵੀਰ ਵਿੰਦਰ ਮਿਸ਼ਰੀ ਵਾਲਾ ਲਓ ਮੇਰੇ ਵੀਰ ਆਹ ਖਿਡਾਰੀ ਵੀ ਕੈਨੇਡਾ ਖੇਡ ਆਇਆ ਚਟਾਨਾ ਵਰਗੇ ਜਾਫੀ ਕੰਨੀ ਦੇ ਉੱਤੇ ਤਾਰ ਲੰਡਾ ਦਾ ਉਧਰ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਗੇਜਾ ਸਾਫੂ ਵਾਲੀਆ ਕਬੱਡੀ ਦਾ ਮਹਾਨ ਖਿਡਾਰੀ ਜਿਹੜਾ ਪੱਕੇ ਤੌਰ ਤੇ ਕੈਨੇਡਾ ਵਸ ਗਿਆ ਹੈਲੋ ਸਾਡੇ ਕੋਲੇ ਪਹੁੰਚਿਆ ਜੀ ਆ ਆਖਾਂਗੇ ਹੈਲੋ ਆ ਭਿੰਦਾ ਜਿਹੜਾ ਸਾਡਾ ਕਮੇਟੀ ਮੈਂਬਰ ਆ ਉਹ ਦੂਜਾ ਸਟੇਜ ਦੇ ਕੋਲੇ ਪਹੁੰਚੇ ਭਿੰਦਾ ਕਮੇਟੀ ਮੈਂਬਰ ਲਓ ਸਾਹਮਣੇ ਕਮਲ ਲੰਡਾ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਕਿ ਗੱਭਰੂ ਦੇਖਿਆ ਸੋਨਾ ਉੱਡਣੇ ਜਹਾਜ਼ ਵਰਗਾ ਨਰਪੈ ਸਿੰਘ ਠੂਰ ਪਿੰਡ ਦਾ ਹੈ ਲਚਕਦਾਰ ਫਰਤੀਲਾ ਤੇ ਘੋੜੀ ਵਾਗ ਨੱਚਦਾ ਸਰੀਰ ਕਾਲੇ ਮੀਆਂ ਮਿੜਦਾ ਹੈ ਇੱਕ ਵਾਰੀ ਫੜ ਲੈ ਜੇ ਫਿਰ ਨਾ ਛੁੱਟ ਹੋਵੇ ਚਿੰਮਾ ਟੋਡੀ ਜਾਫੀ ਹਿੜਦਾ ਹੈ ਪ੍ਰੀਤ ਟਰੈਕਟਰ ਦਾ ਹੱਕਦਾਰ ਜਿਹੜਾ ਟੀਵੀ ਉੱਤੇ ਨਾਂ ਬੋਲਦਾ ਇਕਮ ਸਿੰਘ ਦਾ ਹੈ ਲਓ ਇਸ ਵੇਲੇ ਰਾਜੂ ਬਿੱਲਾ ਪਿੰਡਰਾਂ ਦਾ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਪੁਆਇੰਟ ਮੇਰੇ ਵੀਰੋ ਪਿੰਡਰਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇੱਧਰ ਸਾਡੇ ਵੀਰ ਬਿੱਟੂ ਜੀ ਕੈਨੇਡਾ ਵਾਲੇ ਕਾਲੇ ਕੇ ਪਿੰਡ ਹੈ ਕਲੀ ਵਾਲੇ ਹੀਰੇ ਦੇ ਲਈ 100 ਰੁਪਏ ਦਾ ਮਾਣ ਪਿਆਰ ਪਹੁੰਚਦਾ ਕਰਦੇ ਨੇ ਬਿੱਟੂ ਕੈਨੇਡਾ ਕਾਲੇ ਕਿਆਂ ਵਾਲੇ ਹਾਂਜੀ ਇੱਥੋਂ ਅਗਲਾ ਮੈਚ ਨੱਥੋਕੇ ਤੇ ਇੰਦਗੜ ਉਹ ਵੀ ਸੋਚਦੇ ਸੀ ਗਰਾਊਂਡ ਦੇ ਨੇੜੇ ਪਹੁੰਚ ਜਾਣ ਤਾਂ ਕਿ ਆਪਾਂ ਸਮੇਂ ਸਿਰ ਵਾਰਸੀ ਇੰਦਗੜ ਦੀਆਂ ਟੀਮਾਂ ਨੂੰ ਬੇਨਤੀ ਹੈ ਸੈਕੰਡ ਸੈਮੀ ਫਾਈਨਲ ਮੁਕਾਬਲਾ ਇਹਨਾਂ ਟੀਮਾਂ ਦਾ ਖੇਡਿਆ ਜਾਣਾ ਹੈ ਕਿ ਗਿੱਧੇ ਵਿੱਚ ਪੈਂਦੀ ਹੈ ਛਣਕਾਰ ਜਿਵੇਂ ਵੀ ਵੰਗਾਂ ਦੀ ਖੇਡ ਕਬੱਡੀ ਖੇਡ ਹੈ ਯਾਰੋ ਇਹ ਤਾਂ ਮਸਤ ਮਲੰਗਾਂ ਦੀ ਕਿਸੇ ਨੂੰ ਮਿਲਦਾ ਬੁਲਟ ਸਵਾਰੀ ਕਿਧਰੇ ਘੋੜਾ ਨਾਲੇ ਚਾਬੀ ਗੱਡੀ ਦੀ ਤੇ ਗੱਜਣ ਵਾਲੇ ਦਾ ਦਿਲਬਾਗ ਕਰੇ ਅੱਜ ਸਿਫਤ ਕਬੱਡੀ ਦੀ ਤੇ ਗੱਜਣ ਵਾਲੇ ਦਾ ਦਿਲਬਾਗ ਕਰੇ ਅੱਜ ਸਿਫਤ ਕਬੱਡੀ ਦੀ ਕਬੱਡੀ ਦੇ ਖਿਡਾਰੀਆਂ ਦੀਆਂ ਸਿਫਤਾਂ ਹੁੰਦੀਆਂ ਜਿਹੜੇ ਗੱਭਰੂ ਦੇਖਦੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੈ ਇਸ ਸਮੇਂ ਦੇਖਦੇ ਵੀ ਗਗੜ ਜ਼ਿਲ੍ਹੇ ਫਿਰੋਜ਼ਪੁਰ ਦਾ ਪ੍ਰਸਿੱਧ ਪਿੰਡ ਹੈ ਗੋਗੋਵਾਲੀ ਪਿੰਡ ਹੈ ਸ਼ੂਸ਼ਕ ਦੇ ਲਈ ਲੰਮਾ ਸਮਾਂ ਖੇਡਿਆ ਕਬੱਡੀ ਪਾ ਰਿਹਾ ਪਰ ਦੂਸਰੇ ਪਾਸੇ ਧੱਲੇਕੇ ਪਿੰਡ ਦਾ ਚਰਨਾ ਕੋਸ਼ਿਸ਼ ਕਰਦਾ ਹੈ ਜਲੰਧਰ ਸਿੰਘ ਜੀ ਸਿੱਧੂ ਹੋਣਾ ਦੀ ਟੀਮ ਦੇ ਲਈ ਬਾਬਾ ਫਰੀਦ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਲਈ ਖੇਡਿਆ ਪਰ ਇਸ ਸਮੇਂ ਪੁਆਇੰਟ ਜਿਹੜਾ ਧਾਵੀ ਦਾ ਹੈ ਲਓ ਅਗਲੀ ਕਬੱਡੀ ਕੈਨੇਡਾ ਦੀ ਕਹਿੰਦੇ ਵੀ ਅਲਬਰਟਾ ਸਟੇਟ ਦੇ ਕੈਲਗਰੀ ਸ਼ਹਿਰ ਦੀ ਦਸ਼ਮੇਸ਼ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਨੌਜਵਾਨ ਮੱਧੋਕੇ ਵਾਲੇ ਬੱਬੀ ਹੋਣਾ ਦੀ ਟੀਮ ਦੇ ਲਈ ਨੌਜਵਾਨ ਅਮਰਜੀਤ ਸਿੰਘ ਗੇਜੀ ਨਾਲ ਹੀ ਘੱਲਾ ਵਾਲੇ ਚੰਦ ਹੋਣਾ ਦੀ ਟੀਮ ਲਈ ਗੇਜੀ ਕਪੂਰਿਆਂ ਵਾਲਾ ਪੁਆਇੰਟ ਜੋੜਦਾ ਹੋਇਆ ਨੱਥੋਕੇ ਤੇ ਇੰਦਗੜ ਨੱਥੋਕੇ ਤੇ ਇੰਦਗੜ ਮੇਰਾ ਬਾਈ ਗਰਾਊਂਡ ਦੇ ਕੋਲੇ ਆ ਜਾਓ ਤੁਸੀਂ ਤੁਰੰਤ ਤੁਹਾਡਾ ਮੈਚ ਸਟਾਰਟ ਕਰਾ ਦੇਣਾ ਇਸ ਤੋਂ ਤੁਰੰਤ ਬਾਅਦ ਨੱਥੋਕੇ ਵਰਸਜ ਇੰਦਗੜ ਜਲਦੀ ਤੋਂ ਜਲਦੀ ਦੋਨੇ ਟੀਮਾਂ ਐਂਟਰੀ ਬਾਕਸ ਦੇ ਵਿੱਚ ਆ ਜਾਓ ਜਿਸ ਤਰ੍ਹਾਂ ਇਹ ਕਬੱਡੀ ਦੇ ਮੁਕਾਬਲੇ ਸਮਾਪਤ ਹੋਣਗੇ ਉਸ ਤੋਂ ਬਾਅਦ ਆਪਾਂ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਜ਼ਰਾ ਤੱਕਾਂਗੇ ਮੇਰੇ ਵੀਰੋ ਲਓ ਗਗਨ ਸ਼ੂਸ਼ਕ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਇਸ ਵੇਲੇ ਖਿਡਾਰੀ ਕਬੱਡੀ ਪਾਉਂਦਾ ਹੋਇਆ ਲਓ ਕਿਹੜਾ ਜਾਫੀ ਪਿੰਡਰਾਂ ਦਾ ਜੱਫਾ ਲਾਉਂਦਾ ਚਰਨਾ ਮਲਕੀਤ ਗੋਲਡੀ ਤੇ ਨਾਂ ਰਾਜੂ ਮੇਰੇ ਵੀਰੋ ਲਓ ਜਾ ਕੇ ਲੈ ਆਈਏ ਚਟਾਨਾ ਵਰਗੇ ਜਾਫੀ ਮੇਰੇ ਵੀਰੋ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਲਓ ਰਾਜੂ ਪਿੰਡਰਾਂ ਦਾ ਕਰਦਾ ਹੋਇਆ ਕੋਸ਼ ਪਰ ਪੁਆਇੰਟ ਜਿਹੜਾ ਗਗਨ ਸਿੰਘ ਸ਼ੂਸ਼ਕ ਦਾ ਇਸ ਵੇਲੇ ਲੰਡਿਆ ਦੀ ਟੀਮ ਦੇ ਲਈ ਪ੍ਰਾਪਤ ਕਰਦਾ ਹੋਇਆ ਨੱਥੋਕੇ ਵਾਰਸੀ ਜਿੰਦਗੜ ਦੀਆਂ ਟੀਮਾਂ ਨੂੰ ਬੇਨਤੀ ਹੈ ਮੇਰੇ ਵੀਰ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਣ ਲਓ ਇਸ ਸਮੇਂ ਦੇਖਦੇ ਵੀ ਪਾਈ ਹੋਈ ਕਬੱਡੀ ਹੈ ਨੌਜਵਾਨ ਕਬੱਡੀ ਖਿਡਾਰੀ ਇਧਰਲੇ ਬੰਨੇ ਕਬੱਡੀ ਕਬੱਡੀ ਕਰਦਾ ਹੋਇਆ ਇਸ ਸਮੇਂ ਦੇਖਦੇ ਵੀ ਸਾਹਮਣੇ ਦੀਪਾ
पर पॉइंट जेड़ा जाफिया दे हिस्से जुड़ा होया है इधर ले बड़े पॉइंट लंडिया दी टीम दा कमल लंडे पिंड दा देख रहे भी इस समय नौजवान अगली कबड्डी पाउंड दे इस समय खेड़ मैदान दे अंदर जिथों दे मंदर वर्गे बिकर वर्गे अपने समय दे प्रसिद्ध खिलाड़ी है लंडे पिंड पूरी दुनिया भर दा प्रसिद्ध पिंड है पर इस समय देख रहे भी वार से है यारो ये मैते दी कबड्डी दा हसमुख जे सुभा दा मुंडा चिड़ी जिही हड्डी दा ते जफे लाउंदा यारो ये धावियां नूं टॉप दे कि जफे लाउंदा धावियां नूं यारो ये टॉप दे पर इस समय नहीं ला सकिया ते पॉइंट इस समय धावी दा लो इधरले बने वेखदे भी नौजवान इधरले पासे अमरजीत सिंह गेजी कपूरे पिंड दा लो कपूरियां बड़ा राड़ा मार करदा अपने इस खिलाड़ी ते पर इधरले बने लंडे पिंड दा इधरले बने शुष्क वाला गबरू गोरा इस समय देखदे भी जफा लाउंदा है ते पॉइंट जिहड़ा इधरले बने जाफियां दे हिस्से जुड़दा है लो अगली कबड्डी इस समय फिर वेखदे भी नौजवान खेड मैदान दे अंदर गगन शुष्क पिंड दा लाओ गगन मेरे वीरे शुष्क दा कबड्डी पाउंड दे लई वाधा होया गोरा पड़ाने दा बहुत तगड़ा जफा लाउंदा होया ए भी डर्बी दी टीम दे लई कनेडा खेड्या मेरे वीरे नाल ही भाई भोले जी स्प्रे जिहड़ी मूव पहुंच दी करो जी खिडारी जिहड़े मंग कर रहे ने लाओ इस वेले गगन सिंह कबड्डी पाउंदा होया एक गगनदीप सिंह गग्गी खीरा वाल दा दो साल मेरे वीरे लगातार वर्ल्ड कबड्डी कप दा उत्तम धावी लाया गया प्रीत ट्रैक्टर दो साल जितया गगनदीप सिंह गग्गी खीरा वाल ते आ नौजवान लो मेरे वीरे बसी नौजवान तरसेम पॉइंट कि पासे वीरे ਪ੍ਰਾਣ ਜਿਹੜਾ ਰੇਡਰ ਦੇ ਹਿੱਸੇ ਲੰਡਿਆਂ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਕਬੱਡੀ ਰਮਨਦੀਪ ਸਿੰਘ ਰਮਣਾ ਆਖਦੇ ਵੀ ਪਿੰਡਰਾਂ ਵਾਲਾ ਸੋਲੇ ਪਾਉਂਦਾ ਹੋਇਆ ਕਿ ਸੀਰਾ ਪਿੰਡਰਾਂ ਦਾ ਕੌਡੀ ਜਦ ਪਾਉਂਦਾ ਸੀ ਲੈ ਕੇ ਫਿਰ ਪ੍ਰਾਣ ਦੋਸਤੋ ਨੱਚਦਾ ਹੀ ਆਉਂਦਾ ਸੀ ਲਓ ਰਮਨ ਸਿੰਘ ਪਿੰਡਰਾਂ ਦਾ ਪਾ ਕਬੱਡੀ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੰਦਗੜ ਤੇ ਆਪਣਾ ਨੱਥੋ ਕੇ ਬਾਈ ਜੀ ਆਓ ਯਾਰ ਅਗਲੇ ਮੈਚਾਂ ਲਈ ਨੱਥੋ ਕਹਿੰਦੀ ਟੀਮ ਪਹੁੰਚ ਚੁੱਕੀ ਹੈ ਇੰਦਗੜ ਨੂੰ ਇੱਕ ਮਿੰਟ ਦਾ ਸੱਦਾ ਬਾਈ ਨਹੀਂ ਸਕ੍ਰੈਚ ਕਰ ਦਿਆਂਗੇ ਇੰਦਗੜ ਵਾਲੇ ਨੱਥੋ ਕੇ ਵਰਸ ਜੰਦਗੜ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੋ ਬਹੁਤ ਬਹੁਤ ਧੰਨਵਾਦ ਸਮੁੱਚੀ ਟੂਰਨਾਮੈਂਟ ਕਮੇਟੀ ਦਾ ਸਾਰੇ ਨਗਰ ਪਿੰਡ ਜੈਮਲ ਵਾਲਾ ਦਾ ਗ੍ਰਾਮ ਪੰਚਾਇਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਤੇ ਸਾਡੇ ਅਨਰ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਮੇਰੇ ਵੀਰੇ ਚੌਥਾ ਕਬੱਡੀ ਕੱਪ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿੱਚ ਇਸ ਧਰਤੀ ਤੇ ਕਰਵਾ ਜਾ ਰਿਹਾ ਹੈ ਲਓ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਲਓ ਜੀ ਪੁਆਇੰਟ ਜਿਹੜਾ ਲੰਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿਸੇ ਵੀ ਖਿਡਾਰੀ ਨੇ ਰੈਫਰੀ ਦੇ ਨਾਲ ਝਗੜਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਮੇਟੀ ਵੱਲੋਂ ਸਖ਼ਤ ਹਦਾਇਤ ਹੈ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਪਿਆਰ ਨਾਲ ਖਿਡਾਰੀ ਵੀਰੋ ਰੈਫਰੀ ਦਾ ਫੈਸਲਾ ਟੱਲ ਮੰਨਿਆ ਜਾਣਾ ਨਾਲ ਹੀ ਨੱਥੋ ਕੇ ਵਰਸ ਜੰਦਗੜ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਲਾਗੇ ਪਹੁੰਚੋ ਪੁਆਇੰਟ ਕਿੱਧਰ ਆ ਤਰਸੇ ਪੁਆਇੰਟ ਰੇਡਰ ਦੇ ਹਿੱਸੇ ਪੁਆਇੰਟ ਲੰਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪੁਆਇੰਟਾਂ ਦਾ ਜਿਹੜਾ ਲੇਖਾ ਜੋਖਾ ਹੈ ਟਾਈਮ ਹੋ ਗਿਆ ਬਾਈ ਪਿੰਡਰਾਂ ਦੇ ਪੁਆਇੰਟ ਨੇ 7 ਤੇ ਲੰਡਿਆਂ ਦੇ 10.5 ਲੰਡਿਆਂ ਦੀ ਟੀਮ ਜੇਤੂ ਰਹੀ ਹੀਰਾ ਕਲੀ ਵਾਲਾ ਆਪਣਾ ਨਾਮ ਲੈ ਜੇ ਵੀ ਮੇਰੇ ਕੋਲੋਂ ਹੀਰਾ ਕਲੀ ਵਾਲਾ ਨੱਥੋ ਕੇ ਵਰਸ ਜੰਦਗੜ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੋ ਖਿਡਾਰੀ ਵੀਰੋ ਦੂਸਰਾ ਸੈਮੀ ਫਾਈਨਲ ਮੈਚ ਜਿਹੜਾ ਕਰਵਾਉਣ ਜਾ ਰਹੇ ਆ ਨੱਥੋ ਕੇ ਵਰਸ ਜੰਦਗੜ ਨੱਥੋ ਕੇ ਵਰਸ ਜੰਦਗੜ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿੰਨੇ ਵੀ ਦਰਸ਼ਕ ਵੀਰ ਪਹੁੰਚੇ ਦੂਰ ਦਰੇਡਾ ਤੋਂ ਆਏ ਹੋਏ ਖੇਡ ਪ੍ਰੇਮੀਆਂ ਦਾ ਸਾਰੇ ਦਰਸ਼ਕਾਂ ਦਾ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਸਾਰੇ ਖਿਡਾਰੀਆਂ ਦਾ ਪਿੰਡ ਜੈਮਲ ਵਾਲਾ ਦੇ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਖਿਡਾਰੀਆਂ ਨੇ ਪਹੁੰਚ ਕੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ ਮੇਰੇ ਵੀਰੋ ਬਹੁਤ ਤਕੜੇ ਮੁਕਾਬਲੇ ਖੇਡੇ ਗਏ ਸਾਰੇ ਦਰਸ਼ਕ ਇੰਦਗੜ ਤੇ ਨੱਥੋ ਕੇ ਦਾ ਮੈਚ ਸਟਾਰਟ ਕਰਾਓ ਜੀ ਇੰਦਗੜ ਵਾਰਸੀ ਜੀ ਨੱਥੋ ਕੇ ਮੈਚ ਜਿਹੜਾ ਸਟਾਰਟ ਕਰਵਾਇਆ ਜਾਵੇ ਜੀ ਨਾਲ ਹੀ ਇੱਧਰ ਸਾਡਾ ਵੀਰ ਗੋਰਾ ਚੰਦ ਪੁਰਾਣਾ ਬੂਟਾ ਵੜਿੰਗ ਜੀ ਬਹੁਤ ਸਾਰਾ ਮਾਣ ਪਿਆਰ
अपने छोटे वीर के बोलों तो खुश होकर भेजते हैं। इधर सुखचैन बराड के लिए भी साढ़े वीर लिए बहुत सारा मान प्यार इन्होंने वीर वालों है। नहीं नहीं रेफरी रेफरी साहब जी मैच स्टार्ट करवा दो अगला। इधर असी धन्यवाद करते जी साढ़े लखवीर सिंह जी यूएसए, जसवीर सिंह जी यूएसए, जगदीप सिंह जी यूएसए, गुरजंट कनेडा, हरदीप कनेडा, अमर सिंह जी सरां आस्ट्रेलिया। इन्हां साढ़े वीरां वल्लों तीनों ही कमेंटेटरां दे लई 2,000 रुपए दे माण प्यार दिते गए। असी सारे ही वीरां वल्लों इन्हां साढ़े सत्कारयोग सज्जनां दा धन्नवाद करते हैं। रैफरी साहिबानां नूं बेनती है मैच जिहड़ा जल्दी दे नाल स्टार्ट करवाया जावे जी। अंधगढ़ वर्ष जो नथोगे इधर साडा वीर छिंदा टेंट वाला बहुत सारा मान प्यार अपने छोटे वीर ते भूला तो खुश होके भेजते हैं। छिंदा जैमल वाला साढ़े इन्होंने वीर के भी वड्डे सहयोग है। कराओ जी मैच स्टार्ट वीर जी। भाई हेलो चरने भाई यार टाइम तो हो गया पेंटर का एक पैर का हौला तो तिना पेंट का थोड़ा फर्क सी कह दो आएगा तो टाइम ही हो गया से उदू जे तो थोड़ा ना टाइम था फिर तो कोई लेंदे फैसला लाओ जी। अंधगढ़ की टीम सैडा करिए नोट। अंधगढ़ की टीम खेतों वाले पासे 10:30 नथोगा की टीम बाजी गुरद्वारा साहब वाले पासे। अंधगढ़ की टीम खेडेगी मेरे वीरो खेतों वाली साइड सैडा बाजी चेंज हो गया जी सैडा। लाओ जी अंधगढ़ की टीम गुरद्वारा साहब की साइड आ गई है। नथोगा की टीम भाई खेतों पासे चेंज कर लो। कराओ मैच स्टार्ट। थोड़ा निगाह रखा करो रेफरी साहब थोड़े तो यह मैच लंडिया की टीम भी जल्दी तो जल्दी तैयार होकर ग्राउंड के आ जाए। फाइनल दे विच पहुंची हुई है टीम लंडे। लाओ पहली कबड्डी कमांडो घोलीए कलां वाला इस वेले पाउंदा होया मैदान दे विच मेरे वीरो। लाओ वेखदे भी किहड़ा इंदगड़िया डक पाउंदा। लाओ इस वेले पाई हुई रेड बहुत ही प्यारा अंदाज कबड्डी पाउंदा कमांडो आखदे भी घोलीए कलां दा मेरे वीरो। इस वेले कबड्डी पाउंदा होया ते पॉइंट जिहड़ा मेरे वीरो नथोगा दी टीम दे हिस्से जुड़दा होया उच्चा लम्मा वर्ज वर्गा जस्सा भरमा लंडिया दे तार दाए गोगो बिट्टू ते सिप्पी लगा दे जाफी बिट्टू सुनीत दा गुट फड़ के कैंची मार दाए संदीप दोधे दा हलके पार दाए। लो मेरे वीरो नरपैर सिंह इस वेले खोसिया वाला कबड्डी पाउंदा होया ते पॉइंट मेरे वीरो अंधगढ़ दी टीम दे हिस्से जुड़दा होया। चल भी पा भी गभरूआ कबड्डी इधरले बने वेखदे भी नथोगे दी टीम दे वल्लों नौजवान कबड्डी पा रहा है। इधरले बने पाई हुई कबड्डी है चार जाफी है। लो एक पासे गभरू ने की हुई कोशिश है इंदगढ़िया ते पॉइंट जिहड़ा नौजवान धावी के हिस्से दे विच जोड़दा होया है। चल भी नौजवाना पा भी कबड्डी की खेडी दी सी कदे कबड्डी कलरे रोड़ा ते भर जोवन मुटियार हो गई उच्चिया जोड़ा ते दिता इस नूं थापड़ा। समय दियां सरकारां ने टीवी चैनल मीडिया अते अखबारां ने वर्ल्ड कप दे नाल होए जदों कलोल कबड्डी दे हुण दुनिया दे विच वज गए योधिया ढोल कबड्डी दे हुण दुनिया दे विच वज गए योधिया ढोल कबड्डी दे देखदे भी दुनिया दे ढोल वजदे है। इधरले बन्ने पाई हुई कबड्डी है। लो सामने वेखदे भी पाई हुई कबड्डी कमांडो दी है और पॉइंट जिहड़ा कमांडो अपनी टीम दे हिस्से जोड़दा होया है कि जुग जुग जीवन रब्बा इह कबड्डी दे स्टार बई
ਕਦੇ ਗਰਾਊਂਡ ਦੇ ਵਿੱਚ ਮਿਲਦੀ ਹੈ ਜਿੱਤ, ਕਦੇ ਦਾ ਯਾਰੋ ਹਾਰ ਪਈ ਤੇ ਗਜਨ ਵਾਲੇ ਦਾ ਦਿਲਬਾਗ ਬੋਲਦਾ ਬੋਲ ਕਬੱਡੀ ਦੇ। ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ, ਪੁਆਇੰਟ ਰੈਫਰੀ ਸਾਹਿਬਾਨ ਦੇ ਹਿੱਸੇ ਜੁੜਦਾ ਹੋਇਆ। ਕਬੱਡੀ ਪਾਉਂਦਾ ਹੋਇਆ ਆ ਖਿਡਾਰੀ ਵੀ ਕੈਨੇਡਾ ਖੇਡ ਆਇਆ ਇਸ ਵੇਲੇ ਮੇਰੇ ਵੀਰੋ ਨੌਜਵਾਨ ਸਾਹਮਣੇ ਕਬੱਡੀ ਪਾਉਂਦਾ ਹੋਇਆ ਬੱਬੂ ਮੋਦਕੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਖਿਡਾਰੀ ਮੇਰੇ ਵੀਰੋ। ਪਰ ਸਾਡੇ ਰੈਫਰੀ ਸਾਹਿਬ ਦੱਸਣਗੇ ਪੁਆਇੰਟ ਕਿਹੜੇ ਖਿਡਾਰੀ ਦੇ ਹਿੱਸੇ ਜੁੜਦਾ ਹੋਇਆ। ਪੁਆਇੰਟ ਕਿੱਧਰ ਆ ਜੀ ਦੱਸਿਓ ਜੀ ਰੈਫਰੀ ਸਾਹਿਬ। ਪੁਆਇੰਟ ਕਿਹੜੀ ਸਾਈਡ ਆ ਬਾਈ ਜੀ? ਇੱਧਰ ਸਾਡਾ ਵੀਰ ਗੋਰਾ ਵੜਿੰਗਾ ਬੂਟਾ ਵੜਿੰਗਾ ਵਿੱਕੀ ਕੈਨੇਡਾ ਹੈਪੀ ਕੈਨੇਡਾ ਜੀ ਜੱਗਾ ਚੰਦ ਪੁਰਾਣਾ ਮੇਰੇ ਵੀਰ ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ। ਗੋਰਾ ਵੜਿੰਗਾ ਬੂਟਾ ਵੜਿੰਗ ਵਿੱਕੀ ਕੈਨੇਡਾ ਹੈਪੀ ਕੈਨੇਡਾ ਚਾਦਰਵਾਂ ਤੇ ਜੱਗਾ ਚੰਦ ਪੁਰਾਣਾ ਬਿੱਲੇ ਬਾਈ ਪੁਆਇੰਟ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸੁਲਝੇ ਰੈਫਰੀ ਆ, ਕੋਈ ਨੀ ਚੱਲ ਵੀ ਅਸੀਂ ਬਹੁਤ ਲੁਧਿਆਣੇ ਏਰੀਏ ਚੋਂ ਜਾ ਕੇ ਐਤਕੀ ਰੈਫਰੀ ਕਰਕੇ ਲਿਆਂਦੇ ਆ ਸਪੈਸ਼ਲ ਇਸੇ ਕੰਮ ਤੇ ਵੀ ਆਪਣਾ ਰੋਲਾ ਰੌਲੇ ਦਾ ਸੰਕੋਚ ਰਵੇ। ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਢੋਲਾ ਜੀ। ਲਓ ਕਮਾਂਡੋ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਦੇਖੋ ਲੱਗਿਆ ਹੋਇਆ ਲੱਤੀ ਜਾਫੀ ਪਰ ਜੱਫਾ ਨਹੀਂ ਲਾ ਸਕਿਆ ਅੰਦਗੜੀਆ। ਲਓ ਨੰਬਰ ਮੇਰੇ ਵੀਰੋ ਇਸ ਵੇਲੇ ਨੱਥੋ ਕਹਿ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਨਰਪੈਰ ਸਿੰਘ ਆਖਦੇ ਆ। ਇਸ ਵੇਲੇ ਮੇਰੇ ਵੀਰੋ ਕੋਟਲਾ ਮੇਹਰ ਸਿੰਘ ਵਾਲਾ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਨਰਪੈਰ ਸਿੰਘ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ। ਲਓ ਇੱਕ ਪਾਸੇ ਨੌਜਵਾਨ ਸਾਹਮਣੇ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਨੱਥੋ ਕਹਿ ਦੀ ਧਰਤੀ ਦਾ ਮੇਰੇ ਵੀਰੋ। ਲਓ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਪੁਆਇੰਟ ਅੰਧਗੜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਹੈਲੋ ਪੱਪਾ ਪ੍ਰਧਾਨ ਇੱਥੇ ਸਟੇਜ ਦੇ ਕੋਲੇ ਆਵੇ ਪੱਪਾ ਪ੍ਰਧਾਨ। ਚੱਲ ਵੀ ਪਾ ਵੀ ਗੱਭਰੂ ਕਬੱਡੀ ਇੱਧਰਲੇ ਬੰਨੇ ਵੇਖਦੇ ਵੀ ਇਸ ਸਮੇਂ ਪਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਨੱਥੋ ਕੇ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਹੈ। ਦੇਖਦੇ ਵੀ ਇੱਧਰਲੇ ਬੰਨੇ ਹਲਕਾ ਜਿਹਾ ਟੱਚ ਹੈ ਔਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਬੱਬੂ ਮੁੱਦਗੀ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਦਾ। ਦੇਖਦੇ ਵੀ ਇਸ ਸਮੇਂ ਇਤਿਹਾਸਕ ਧਰਤੀ ਹੈ ਮੁੱਦਗੀ ਦੀ ਧਰਤੀ ਔਰ ਬੱਬੂ ਇਸ ਸਮੇਂ ਕਬੱਡੀ ਪਾ ਰਿਹਾ ਹੈ ਜਿਹੜੇ ਪਿੰਡ ਦੇ ਬਿੱਲੇ ਵਰਗੇ ਨਿੰਮੇ ਵਰਗੇ ਵੀ ਪ੍ਰਸਿੱਧ ਖਿਡਾਰੀ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਨੱਥੋ ਕਹਿ ਦਾ ਸੈੱਟ ਹੈ ਔਰ ਉੱਧਰ ਜੀਤਾ ਵੇਖਦੇ ਆ ਵੀ ਨੌਜਵਾਨਾਂ ਵੀ ਇੱਧਰ ਪੈਂਚਰ ਕਿੱਧਰ ਲੱਗਣਾ ਹੈ ਔਰ ਪੁਆਇੰਟ ਦੇਖਣਾ ਹੈ ਕਿਸ ਗੱਭਰੂ ਦੇ ਹਿੱਸੇ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਇੱਧਰਲੇ ਬੰਨੇ ਪੁਆਇੰਟ ਜਿਹੜਾ ਬੱਬੂ ਮੋਦਗੀ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਲਓ ਘੋਲੀਏ ਵਾਲੇ ਕਮਾਂਡੋ ਦੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ। ਲਓ ਜੀ ਇਸ ਵੇਲੇ ਕਮਾਂਡੋ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ। ਚੱਲ ਵੀ ਵਾਹ ਇੱਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਕਮਾਂਡੋ। ਚੱਲ ਵੀ ਬਿੰਦਰ ਸਿੰਘ ਕਰੀ ਵੀ ਨੌਜਵਾਨਾਂ ਗੱਲ ਇੱਧਰਲੇ ਬੰਨੇ ਘੋਲੀਏ ਬਾਈ ਚਣੇ। ਹੈਲੋ ਵਾਹ ਏ ਨੌਜਵਾਨਾਂ ਲਓ ਮਾਰੀ ਆ ਛਾਲ ਗੱਭਰੂ ਨੇ ਕਿ ਮਾਰੀ ਦੇ ਦੋ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਚਮੱਕੇ ਨਾਲ ਕਮਾਲ ਜਿਹਾ ਹੋ ਗਿਆ ਖਹਿਰਿਆਂ ਦਾ ਜਿੰਦੂ ਆਖੇ ਹੱਥ ਲਾ ਕੇ ਧਾਵੀ ਯਾਰੋ ਆਉ ਗਿਆ ਆਉ ਗਿਆ। ਲਓ ਇੱਧਰਲੇ ਪਾਸੇ ਨਰਪੈਰ ਸਿੰਘ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਕਿ ਪਾ ਕੇ ਰੇਡ ਗੋਲੀ ਦੇ ਵਾਂਗ ਨਿਕਲੇ ਜਿਵੇਂ ਵਿਹਲੇ ਚੋਂ ਨਿਕਲਦਾ ਸ਼ੇਰ ਮੀਆਂ। ਲਓ ਬਹੁਤ ਤਕੜਾ ਜੱਫਾ ਸੋਨੂ ਮੇਰੇ ਵੀਰੋ ਨੱਥੋ ਕਿਉਂ ਵਾਲਾ ਇਸ ਵੇਲੇ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਪੁਆਇੰਟ ਨੱਥੋ ਕਿਉਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਸੋਹਣਾ ਭਰਮਾ ਲੱਛੇਦਾਰ ਸਰੀਰ ਦੇਖਿਆ ਨੀ ਗਰਲਾਲ ਵਰਗਾ ਸ਼ਤੀਰ ਵਰਗਾ ਬਾਜ ਦੇ ਵਾਂਗ ਚਾਪੇ ਜਾਫੀ ਦੇਖਿਆ ਨੀ ਬਿੱਟੂ ਦਗਾਲ ਵਰਗਾ
ठंडीपुर दे गोपी नूं लोकी पहाड़ कहिंदे पर जाफी देखिया नहीं सुखे पंडाल वर्गा। लो सामने मैदान दे विच मेरे वीरो लो पॉइंट जाफियां दे से देखी नौ सट ला के खिलाड़ी दा भाई देखो माड़ा जाके सच्चे पातशाह मेहर करे इन्हां खिलाड़ियों नूं सट्टां तों बचावे मेरा मालक। अरदास बेनती करांगे।